ਜਿੱਦਾਂ ਕਿ ਲੋਕਡਾਊਨ ਚੱਲ ਰਿਹਾ ਹੈ ਤਾਂ ਰੈਸਟੋਰੈਂਟ ਟਾਈਪ ਨੂਡਲਸ ਜਿਹੜੀ ਆ ਉਹ ਸਭ ਖਾਣਾ ਮਿਸ ਕਰਦੇ ਨੇ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਨੂਡਲਸ ਦੀ ਰੈਸਿਪੀ ਜੋ ਕਿ ਬੱਚਿਆਂ ਅਤੇ ਵੱਡਿਆਂ ਨੂੰ ਦੋਨਾਂ ਨੂੰ ਪਸੰਦ ਆਉਣ ਵਾਲੀ ਹੈ। ਦੇਖਦੇ ਹਾਂ ਇਹਨੂੰ ਬਣਾਉਣ ਲਈ ਸਾਨੂੰ ਕੀ ਚਾਹੀਦਾ ਹੈ। ਇਹਨੂੰ ਬਣਾਉਣ ਲਈ ਸਾਨੂੰ ਚਾਹੀਦੀ ਹੈ ਗਾਜਰ, ਪਿਆਜ, ਸ਼ਿਮਲਾ ਮਿਰਚ ਲਵਾਂਗੇ ਆਪਾਂ, ਹਰੇ ਪਿਆਜ ਵੀ ਲਿੱਤੇ ਨੇ ਆਪਾਂ, ਪਨੀਰ ਲਵਾਂਗੇ, ਇੱਕ ਚਮਚ ਟਮਾਟੋ ਕੈਚਅਪ ਦਾ ਲਵਾਂਗੇ, ਹਰੀਆਂ ਮਿਰਚਾਂ ਵੀ ਲਿੱਤੀਆਂ ਆਪਾਂ, 3-4 ਲਸਣ ਦੀਆਂ ਕਲੀਆਂ, 1 ਚਮਚ ਰੈੱਡ ਚਿੱਲੀ ਸੌਸ ਲਿੱਤੀ ਹੈ, 1 ਪੈਨ 'ਚ ਆਪਾਂ 2-3 ਮਿੰਟ ਲਈ ਪਾਣੀ ਜਿਹੜਾ ਬੋਇਲ ਕਰਾਂਗੇ। ਉਹਦੇ 'ਚ ਜਦੋਂ ਗਰਮ ਹੋ ਜਾਏਗਾ ਫਿਰ ਆਪਾਂ ਆਪਣੀ ਨੂਡਲਸ ਐਡ ਕਰਾਂਗੇ, ਥੋੜ੍ਹਾ ਜਿਹਾ ਨਮਕ ਡਾਲਾਂਗੇ ਉਹਦੇ 'ਚ ਆਪਾਂ, ਅਤੇ ਨੂਡਲਸ ਜਿਹੜੀ ਆ ਉਹ ਆਪਾਂ ਜ਼ਿਆਦਾ ਨਹੀਂ ਪਕਾਉਣੀਆਂ। ਤੋਂ ਬਾਅਦ ਫਿਰ ਛਾਨੀ ਨਾਲ ਆਪਾਂ ਨੂਡਲਸ ਨੂੰ ਜਿਹੜਾ ਉਹ ਪਾਣੀ ਤੋਂ ਅਲੱਗ ਕਰ ਲਾਂਗੇ ਅਤੇ ਇਹਨੂੰ ਠੰਡਾ ਹੋਣ ਲਈ ਰੱਖ ਦੇਵਾਂਗੇ। ਇੱਕ ਪੈਨ ਲਵਾਂਗੇ, ਉਹਦੇ 'ਚ ਤੇਲ ਡਾਲਾਂਗੇ ਅਤੇ ਫਿਰ ਬਰੀਕ ਜਿਹੜਾ ਲਸਣ ਹੈ ਉਹ ਡਾਲਾਂਗੇ ਇਹਦੇ 'ਚ ਆਪਾਂ, ਹਰੀਆਂ ਮਿਰਚਾਂ ਡਾਲਾਂਗੇ, ਫਿਰ ਉਸ ਤੋਂ ਬਾਅਦ ਪਿਆਜ਼ ਡਾਲਾਂਗੇ ਅਤੇ ਇਹਨਾਂ ਨੂੰ 2-3 ਮਿੰਟ ਲਈ ਪਕਾਵਾਂਗੇ। ਹਰੇ ਪਿਆਜ਼ ਦਾ ਜਿਹੜਾ ਚਿੱਟੇ ਰੰਗ ਵਾਲਾ ਹਿੱਸਾ ਉਹਨੂੰ ਡਾਲਾਂਗੇ ਆਪਾਂ, 2-3 ਮਿੰਟ ਲਈ ਪਕਾਵਾਂਗੇ। ਫਿਰ ਗਾਜਰ ਡਾਲਾਂਗੇ, ਜਿਹੜੀ ਵੀ ਆਪਾਂ ਸਬਜ਼ੀਆਂ ਡਾਲ ਰਹੇ ਹਾਂ ਇਹਦੇ 'ਚ ਉਹਨਾਂ ਨੂੰ ਜ਼ਿਆਦਾ ਨਹੀਂ ਪਕਾਉਣਾ, ਓਵਰ ਕੁੱਕ ਨਹੀਂ ਕਰਨਾ। ਸ਼ਿਮਲਾ ਮਿਰਚ ਡਾਲਾਂਗੇ ਫਿਰ ਆਪਾਂ, ਉਸ ਤੋਂ ਬਾਅਦ ਆਪਾਂ ਪਨੀਰ ਡਾਲਾਂਗੇ। ਸਬਜ਼ੀਆਂ ਵਿੱਚੋਂ ਕਰੰਚ ਖਤਮ ਨਹੀਂ ਹੋਣਾ ਚਾਹੀਦਾ, ਇਸ ਲਈ ਕਿਹਾ ਕਿ ਓਵਰ ਕੁੱਕ ਨਹੀਂ ਕਰਨਾ। ਫਿਰ ਉਸ ਤੋਂ ਬਾਅਦ 1 ਚਮਚ ਸਿਰਕੇ ਦਾ ਡਾਲਾਂਗੇ, ਸੋਇਆ ਸੌਸ ਡਾਲਾਂਗੇ, 1 ਚਮਚ ਟਮੈਟੋ ਕੈਚਅਪ ਐਡ ਕਰਾਂਗੇ, ਆਪਣੀ ਗ੍ਰੀਨ ਚਿੱਲੀ ਐਡ ਕਰਾਂਗੇ ਇਹਦੇ 'ਚ ਆਪਾਂ, ਰੈੱਡ ਚਿੱਲੀ ਸੌਸ ਵੀ ਐਡ ਕਰਾਂਗੇ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਤੁਸੀਂ ਆਪਣੀ ਪਸੰਦ ਅਨੁਸਾਰ ਸਬਜ਼ੀਆਂ ਜੋ ਵੀ ਤੁਸੀਂ ਪਸੰਦ ਕਰਦੇ ਹੋ ਡਾਲ ਸਕਦੇ ਹੋ, ਮਸ਼ਰੂਮ, ਪੱਤਾ ਗੋਭੀ ਕੁਛ ਵੀ ਡਾਲ ਸਕਦੇ ਹੋ ਇਹਦੇ 'ਚ, ਠੀਕ ਹੈ ਜੀ। ਐਂਡ 'ਚ ਆਪਾਂ ਇਹਦੇ 'ਚ ਆਪਣੀ ਨੂਡਲਸ ਐਡ ਕਰਾਂਗੇ ਜਿਹੜੀ ਆਪਾਂ ਬੋਇਲ ਕਰਕੇ ਰੱਖੀਆਂ ਨੇ, ਅਤੇ ਫਿਰ ਇਹਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਕਾਲੀ ਮਿਰਚ ਡਾਲਾਂਗੇ ਅਤੇ ਨਮਕ ਡਾਲਾਂਗੇ ਸਵਾਦ ਅਨੁਸਾਰ, ਤੁਸੀਂ ਦੇਖ ਸਕਦੇ ਹੋ ਜਿਹੜੀ ਸਾਡੀ ਨੂਡਲਸ ਨੇ ਉਹ ਤਿਆਰ ਹੋ ਚੁੱਕੀਆਂ ਨੇ, ਹੋਟਲ ਵਰਗੀਆਂ ਬਣੀਆਂ ਨੇ ਬਿਲਕੁਲ ਹੀ। ਇਹ ਸੀਗੀ ਜੀ ਸਾਡੀ ਨੂਡਲਸ ਦੀ ਰੈਸਿਪੀ। ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਨਾ।